ਵਾਈ ਜਣੇ ਖਣੀ ਨੇ ਰੋਲਾ ਪਾਇਆ ਤੂੰ ਕਾਹਨੂੰ ਆਪਣਾ ਜਲੂਸ ਕਢਾਇਆ ਓਏ ਤੈਨੂੰ ਕੰਮ ਦਾ ਹੀ ਕਹਿੰਦੇ ਐ ਤੂੰ ਕਿਤੇ ਕਰਦਾ ਕਿਉਂ ਨਹੀਂ ਓਏ ਭਰਾਵਾ ਇਹਨਾਂ ਨੇ ਪਹਿਲਾਂ ਵੀ ਕਹਿ ਕੇ ਮੇਰੀ ਜਾਨ ਲੈਣੀ ਕਰਤੀ ਮੈਂ ਇਹਨਾਂ ਦਾ ਕਹਿਣਾ ਮੰਨ ਕੇ ਹੋ ਗਿਆ ਰੋਡਵੇਜ਼ 'ਚ ਡਰਾਈਵਰ ਭਰਤੀ ਪਰ ਤੂੰ ਦੱਸੂਗਾ ਕਿ ਉੱਥੋਂ ਨੌਕਰੀ ਕਿਉਂ ਛੱਡਤੀ ਪੰਗਾ ਤੇ ਉਦੋਂ ਪੈ ਗਿਆ ਜਦੋਂ ਰੋਡਵੇਜ਼ ਦਾ ਇੱਕ ਅਫਸਰ ਮੇਰੇ ਵਾਲੀ ਬੱਸ 'ਚ ਬਹਿ ਗਿਆ ਡਰਾਈਵਰ ਸਾਹਿਬ ਲਓ ਜੀ ਸਫ਼ਰ ਤੇ ਆਪਣਾ ਵਧੀਆ ਲੰਘਿਆ ਅੱਛਾ ਪਰ ਮੈਨੂੰ ਇਸ ਗੱਲ ਦੀ ਸਮਝ ਨਹੀਂ ਆਈ ਕਿ ਤੁਹਾਡੀਆਂ ਨਾਲ ਦੀਆਂ 1, 2 ਤੇ 3 ਸੀਟਾਂ ਦੇ ਕਿਉਂ ਲਿਖਿਆ ਹੁੰਦਾ ਇੱਕ ਸੋਹਣਾ ਮਨਾ ਹੈ ਉਹ ਤਾਂ ਸਾਡੀਆਂ ਬੱਸਾਂ 'ਚ ਲਿਖਿਆ ਹੁੰਦਾ ਤਾਂ ਲਿਖਿਆ ਹੀ ਆਊਗਾ ਪਰ ਉਹ ਕਿਉਂ ਮੈਂ ਜੇ ਡਰਾਈਵਰ ਦੇ ਨਾਲ ਦੀ ਸੀਟ ਤਾਂ ਸਵਾਰੀਆਂ ਸੌਂ ਗਈਆਂ ਤਾਂ ਸੁੱਤੇ ਪਏ ਡਰਾਈਵਰ ਨੂੰ ਤੁਹਾਡਾ ਪਿਓ ਜਗਾਊਗਾ ਸ਼ਾਹ ਜੀ ਕਰਤੀ ਗੱਲ ਪੁੱਠੀ ਬੱਸ ਤੇ ਰੋਡਵੇਜ਼ 'ਚ ਛੁੱਟੀ ਓਏ ਪੋਤੂ ਸ਼ਾਹ ਜੀ ਓਏ ਕਿਤੇ ਹੋਰ ਵੀ ਟੱਕਰ ਮਾਰੀ ਮੈਂ ਆਪਣੇ ਤਜਰਬੇ ਚੱਕੇ ਤੇ ਜਾਵੜਿਆ ਦਫ਼ਤਰ ਸਰਕਾਰੀ ਫੇਰ ਉੱਥੇ ਵੀ ਉਹਨਾਂ ਨੇ ਮੇਰੇ ਤੋਂ ਇੱਕ ਸਵਾਲ ਪੁੱਛ ਲਿਆ ਕਿਹੜਾ ਕਹਿੰਦੇ ਦੱਸ ਬਈ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਅੱਜ ਤੱਕ ਵਿਆਹ ਕਿਉਂ ਨਹੀਂ ਕਰਾਇਆ ਦਿੱਤਾ ਕੋਈ ਜਵਾਬ ਵਿਆਹ ਕਹਾਣੀ ਪਾਉਤੀ ਕਿਹੜੀ ਮੈਂ ਕਿਹਾ ਜੀ ਵਾਜਪਾਈ ਸਾਹਿਬ ਜਵਾਨੀ 'ਚ ਕਿਸੇ ਕੁੜੀ ਨਾਲ ਪਿਆਰ ਕਰਦੇ ਜੀ ਫੇਰ ਕੁੜੀ ਨੇ ਕਿਤੇ ਹੋਰ ਮੈਰਿਜ ਕਰਾ ਲਈ ਓਹੋ ਤੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਸਾਹਿਬ ਨੇ ਸਾਰੀ ਜ਼ਿੰਦਗੀ ਕੁਆਰੇ ਰਹਿਣ ਦੀ ਸੌਂ ਖਾ ਲਈ ਅੱਛਾ ਕਹਿੰਦੇ ਗੱਲਾਂ ਬੜੀਆਂ ਕਰਦਾ ਕੁੜੀ ਦਾ ਨਾਂ ਦੱਸ ਕੀ ਸੀ ਫਿਰ ਤਾਂ ਕੀ ਕਿਹਾ ਮੈਂ ਕਿਹਾ ਜੀ ਕੁੜੀ ਦਾ ਨਾਂ ਸੀਗਾ ਸ਼ਾਂਤੀ ਕਹਿੰਦੇ ਤੈਨੂੰ ਕਿਵੇਂ ਪਤਾ ਮੈਂ ਕਿਹਾ ਜੀ ਵਾਜਪਾਈ ਸਾਹਿਬ ਆਪਣੇ ਹਰ ਭਾਸ਼ਣ 'ਚ ਕਹਿੰਦੇ ਆ ਪਾਕਿਸਤਾਨ ਨੇ ਕਿਹਾ ਹਮਸੇ ਕਿ ਹਮਸੇ ਦੋਸਤੀ ਕਾ ਹਾਥ ਬੜਾਈਏ ਤੋ ਹਮਨੇ ਆਪਣੀ ਕ੍ਰਿਕਟ ਟੀਮ 'ਚ ਕਹਿ ਦਿਆ ਕਿ ਆਪ ਕ੍ਰਿਕਟ ਖੇਡਨੇ ਪਾਕਿਸਤਾਨ ਜਾਈਏ ਪਾਕਿਸਤਾਨ ਕੇ ਲੋਗੋਂ ਨੇ ਕਿਹਾ ਕਿ ਹਮ ਆਪਣੇ ਰਿਸ਼ਤੇਦਾਰੋਂ ਸੇ ਮਿਲ ਨਹੀਂ ਪਾ ਰਹੇ ਹੈ ਤੋ ਹਮਨੇ ਰੇਲ ਮੰਤਰੀ ਸੇ ਕਿਹਾ ਕਿ ਸਮਝੌਤਾ ਐਕਸਪ੍ਰੈਸ ਚਲਾਈਏ ਪਰ ਹਮ ਜਨਤਾ ਸੇ ਕੁਛ ਨਹੀਂ ਮੰਗਤੇ ਹੈ ਹਮੇ ਬਸ ਸ਼ਾਂਤੀ ਚਾਹੀਏ ਹਮੇ ਬਸ ਸ਼ਾਂਤੀ ਚਾਹੀਏ ਓਹੋ ਲੱਗਦਾ ਇੱਥੇ ਵੀ ਕੰਮ ਖਰਾਬ ਹੋ ਗਿਆ ਨੌਕਰੀ ਤਾਂ ਮਿਲੀ ਨਹੀਂ ਇੰਟਰਵਿਊ ਤੇ ਜਵਾਬ ਹੋ ਗਿਆ ਓਏ ਗੱਲ ਸੁਣ ਓਏ ਤੇਰਾ ਤਾਂ ਨਲਕਿਆਂ ਦਾ ਕੰਮ ਬੜਾ ਵਧੀਆ ਚੱਲਦਾ ਸੀ ਨਾ ਗੱਲ ਸੁਣ ਉਹ ਕਿੱਦਾਂ ਬੰਦ ਹੋ ਗਿਆ ਇੱਕ ਵਾਰੀ ਮੇਰੇ ਬੰਦੇ ਕਿਸੇ ਪਿੰਡ 'ਚ ਨਲਕਾ ਪੱਟਣ ਚੱਲ ਪਏ ਫੇਰ ਉਹ ਨਲਕਾ ਪੱਟਦੇ ਪਏ ਤੇ ਉਹਨਾਂ ਨੂੰ ਇੱਕ ਬਾਬਾ ਆ ਕੇ ਕਹਿੰਦਾ ਕੀ ਜ਼ੋਰ ਲਗਾ ਕੇ ਹਈ ਸ਼ਾ ਨੱਟ ਕਸਾ ਕੇ ਹਈ ਸ਼ਾ ਤੋਂ ਥੱਲੇ ਪਾਸੇ ਪਾ ਦੇ ਰੱਖਣਾ ਇਹਨੂੰ ਕੱਟਲਾ ਓਏ ਮੈਨੂੰ ਕੋਈ ਧਰਮਿੰਦਰ ਦੇ ਮੁੰਡੇ ਸੰਨੀ ਦਿਓਲ ਦਾ ਫੋਨ ਨੰਬਰ ਦੱਸੂਗਾ ਪਰ ਬਾਪੂ ਜੀ ਉਹ ਕਿਉਂ ਉਹਨੇ ਗੱਦਰ ਫਿਲਮ 'ਚ ਨਲਕਾ ਪੱਟ ਦਿੱਤਾ ਸਾਡੇ ਪਿੰਡ ਵਾਲਾ ਨਾ ਪੱਟੂਗਾ ਚੰਗਾ ਪੋਟੂ ਸ਼ਾਹ ਜੀ ਓਏ ਮੈਂ ਜਾਣਾ ਕਚਹਿਰੀ ਨਾਲੇ ਦੇਖ ਲਓ ਹੁੰਦੀ ਪਈ ਹੈ ਸ਼ਾਮ ਏਦਾਂ ਕਰੀ ਫੇ ਆਉਂਦਾ ਹੈ ਲਾਲੇ ਦੁਖੀ ਮੱਲ ਨੂੰ ਕਹਿ ਜੀ ਰਾਮ ਰਾਮ ਲਾਲਾ ਜੀ ਰਾਮ 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 ਆ ਜਾਓ ਲੰਘਿਓ ਕਿੱਥੋਂ ਖੱਜਲ ਹੁੰਦੇ ਆਏ ਓ ਮੈਂ ਖੱਜਲ ਹੁੰਦਾ ਆਇਆ ਇਹਨਾਂ ਕਚਹਿਰੀਆਂ ਤੋਂ ਅੱਛਾ ਤੇ ਬਾਕੀ ਮਹਿਕਮਿਆਂ ਦੇ ਵਾਂਗ ਕਚਹਿਰੀਆਂ ਵੀ ਪ੍ਰਾਈਵੇਟ ਹੋ ਜਾਣ ਤੇ ਲਾਲਾ ਸਵਾਦ ਆ ਜੂ ਓਏ ਹੋਏ ਹੋਏ ਓ ਤੂੰ ਕਚਹਿਰੀਆਂ ਨੂੰ ਰੋਈ ਜਾਂਦਾ ਇੱਥੇ ਰੱਬ ਪ੍ਰਾਈਵੇਟ ਹੋਣ ਨੂੰ ਫਿਰਦਾ ਰੱਬ ਪ੍ਰਾਈਵੇਟ ਹੋਣ ਨੂੰ ਫਿਰਦਾ ਮੈਂ ਕਿਹਾ ਪੁੱਛਣਾ ਨਾ ਲਾਲਾ ਫਿਰ ਕੀ ਹੋਊ ਮੈਂ ਜੇ ਰੱਬ ਪ੍ਰਾਈਵੇਟ ਹੋ ਗਿਆ ਫਿਰ ਜਣੇ ਖਣੇ ਦਾ ਫੋਨ ਰੱਬ ਦੇ ਦਫ਼ਤਰ ਆਏ ਜਾਇਆ ਕਰੂ ਹੈਲੋ ਰੱਬ ਜੀ ਅਸੀਂ ਕੱਲ ਦੇ ਤੁਹਾਨੂੰ ਫੋਨ ਕਰੀ ਜਾਂਦੇ ਆ ਆਪ ਤੁਸੀਂ ਠੰਡੀ ਜਗ੍ਹਾ ਬੈਠੇ ਅਸੀਂ ਇੱਥੇ ਗਰਮੀ 'ਚ ਮਰੀ ਜਾਂਦੇ ਹਾਂ ਅਸੀਂ ਪਹਿਲਾਂ ਬਥੇਰੀ ਧੁੱਪ ਸੇਕੀ ਹੁਣ ਹੋਰ ਨਾ ਗਰਮੀ ਝੱਲਣੀ ਆ ਰੱਬ ਜੀ ਸਾਨੂੰ ਇਹ ਵੀ ਦੱਸੋ ਸਾਡੇ ਸ਼ਹਿਰ ਆਵਾ ਕਦ ਚੱਲਣੀ ਆ ਨਾ ਫਿਰ ਇੰਨੀ ਗੱਲ ਸੁਣ ਕੇ ਰੱਬ ਕੁਛ ਨਾ ਕਹੂ ਮੈਂ ਕਿਹਾ ਪੁੱਛ ਨਾ ਰੱਬ ਨੇ ਪਤਾ ਕੀ ਕਹਿਣਾ ਰੱਬ ਨੇ ਕਹਿਣਾ ਭਾਈ ਲੈ ਗਏ ਹਵਾ ਬਠਿੰਡੇ ਵਾਲੇ ਹਜੇ 2 ਦਿਨ ਉਹਨਾਂ ਦੀ ਬੋਲਣੀ ਆ ਫਿਰ ਧਮਕੀਆਂ ਦਿੰਦੇ ਚੰਡੀਗੜ੍ਹੀਏ 5 ਦਿਨ ਉੱਥੇ ਘੱਲਣੀ ਆ ਓ ਲਾਲਾ ਜੀ
जे लोकी हवा अपनी मर्जी दे नाल चलाउणगे सानू ए भी दसो फिर लोकी मीह किदा पवाणगे। ला मीह दे फून भी रब नू फिर इस तरह जाणगे। आप जिस मोबाइल पर कॉल कर रहे हैं वो या तो इस समय बंद है या कवरेज क्षेत्र से बाहर है। पता नहीं भाई कोई बीबी जी बोली जा रही है, खरे केड़ी रूट की गल कर रही है, साढ़े तो खाने नहीं पैंदी। चलो कोई नहीं दुई ट्राई करते हैं। हेलो रब जी, अजकल तुसी आप दे मोबाइल का स्विच बंद रखते हो, बाकी शहर च बरसात हो रही है, सानू को मीह तो तंग रखते हो। ना लाला फिर इन्नी गल सुन के रब कुछ ना कहो। ले रब ने कहना शिमले आले हो गर्म ना हो, शहर थोड़ा सब तो ठंडा, पिछले मीह दे पैसे नहीं दिते, हदार थोड़ा बहुता गंदा, मीह दे खर्चे बढ़ते जाते, केड़ा समय सबले आ, बदल हजे नहीं वेला कोई, सब लुधियाने कले आ, सब लुधियाने कले आ। ना लाला जी, ना जदो किसी का प्यो मरिया करूगा ਉਹ ਰੱਬ ਦੇ ਨਾਲ ਕਿੱਦਾਂ ਗਲੇ ਕਰਿਆ ਕਰੂ। ਓਹੋ ਰੱਬ ਜੀ ਤੁਸੀਂ ਸਾਡਾ ਬਾਪੂ ਮਾਰਤਾ, ਸਾਨੂੰ ਦੱਸਿਆ ਹੀ ਨਹੀਂ, ਗੁਆਂਢੀਆਂ ਦਾ ਬੁੜਾ ਹਜੇ ਚੰਗਾ ਭਲਾ ਤੁਰਿਆ ਫਿਰਦਾ, ਉਹਨੂੰ ਹਜੇ ਚੱਕਿਆ ਹੀ ਨਹੀਂ। ਰੱਬ ਨੇ ਕਹਿਣਾ ਓਹੋ ਹੋ ਭਾਈ ਮੇਰੇ ਜਮਦੂਤਾਂ ਨੂੰ ਵੀ ਕਿਤੇ ਕਿਤੇ ਭੁਲੇਖੇ ਪੈ ਜਾਂਦੇ ਆ, ਬੰਦਾ ਪੁਲਿਸ ਵਾਲਿਆਂ ਨੂੰ ਚੱਕ ਕੇ ਹੋਰ ਹੀ ਲੈ ਜਾਂਦੇ ਆ। ਓਏ ਹਰ ਕੋਈ ਤੈਨੂੰ ਮਾਰੇ ਤਾਨੇ, ਤੂੰ ਕਾਹਨੂੰ ਲਾਨਾ ਰੋਜ਼ ਬਹਾਨੇ, ਓਏ ਵਿਹਲੇ ਬਹਿ ਕੇ ਨੱਕ ਚ ਸਾਡੇ ਕਾਹਨੂੰ ਕਰਦਾ ਦਮ, ਇੱਕ ਗੱਲ ਦੀ ਮੈਨੂੰ ਸਮਝ ਨਹੀਂ ਆਉਂਦੀ, ਤੂੰ ਕਿਉਂ ਨਹੀਂ ਕਰਦਾ ਕੰਮ। ਓਏ ਭਰਾਵਾ ਇਹਨਾਂ ਨੇ ਪਹਿਲਾਂ ਵੀ ਕੀਤੀਆਂ ਸੀ ਮੇਰੀਆਂ ਮਿੰਨਤਾਂ ਬੜੀਆਂ, ਮੈਂ ਇਹਨਾਂ ਦਾ ਕਿਹਾ ਮੰਨ ਕੇ ਵੇਚਣ ਲੱਗ ਪਿਆ ਘੜੀਆਂ। ਲੈ ਜਾਓ ਘੜੀਆਂ, ਸ਼ਾਨਦਾਰ ਬੜੀਆਂ, ਅੱਧੀਆਂ ਚੱਲਦੀਆਂ ਅੱਧੀਆਂ ਖੜੀਆਂ ਵੀ ਲੈ ਜਾਓ ਘੜੀਆਂ। ਓ ਜਨਾਬ ਓਏ ਆ ਜਿਹੜੀ ਤੁਹਾਡੇ ਹੱਥ ਚ ਫੜੀ ਆ, ਮੈਨੂੰ ਦੱਸ ਸਕਦਾ ਕਿ ਕਿੰਨੇ ਦੀ ਘੜੀ ਹੈ? ਓਏ ਘੜੀ ਤੇਰੇ ਵੱਸ ਦੀ ਨਹੀਂ, ਇਹ ਘੜੀ ਮੇਰੇ ਕੋਲ ਥਾਣੇ ਵਾਲਿਆਂ ਦੀ ਅਮਾਨਤ ਆ। ਪੈਸੇ ਘੜੀ ਬੜੀ ਭਿਆਨਕ ਆ, ਇਸ ਘੜੀ ਚ ਜਦੋਂ ਰਾਤ ਨੂੰ ਪੂਰੇ 12 ਵੱਜਦੇ ਆ ਤੇ ਰਾਤ ਦੀ ਡਿਊਟੀ ਵਾਲੇ ਕਰਮਚਾਰੀ ਹਵਾਲਾਤ ਚ ਮੁਲਜ਼ਮਾਂ ਨੂੰ ਮਾਰਨ ਭੱਜਦੇ ਆ, ਓਏ ਸੂਈ ਨੇ ਘੰਟਿਆਂ ਨਾਲ ਰਫਤਾਰ ਲਾਈ ਹੁੰਦੀ ਆ, ਸਾਰੀ ਰਾਤ ਕੱਪੜਿਆਂ ਨੂੰ ਉਹਨਾਂ ਦੀ ਤਲਾਈ ਹੁੰਦੀ ਆ, ਸਵੇਰ ਨੂੰ ਆਤਮਾਏ ਬੰਦਿਆਂ ਦੀ ਹੁੰਦੀ ਬੜੀ ਮੁਸ਼ਕਲ ਜ਼ਮਾਨਤ ਆ। ਓਏ ਨਾ ਖਰੀਦੀ ਭਰਾਵਾ, ਇਹ ਘੜੀ ਬੜੀ ਭਿਆਨਕ ਆ ਤੇ ਥਾਣੇ ਵਾਲਿਆਂ ਦੀ ਅਮਾਨਤ ਆ। ਆਹੀ ਘੜੀ ਦੇ ਦੇ ਜਿਹੜੀ ਕੂੜੇ ਦੇ ਵਿੱਚ ਸੁੱਟੀ ਹੋਈ ਆ, ਸਾਰੀ ਟੁੱਟੀ ਹੋਈ ਆ, ਮੈਂ ਇਹੀ ਘੜੀ ਲੈ ਜਾਣਾ। ਨਾ ਓਏ ਇਸ ਘੜੀ ਤੋਂ ਆਰਕੈਸਟਰ ਦੇ ਮਿਊਜ਼ੀਸ਼ੀਅਨ ਤੋਬਾ ਕਰ ਗਿਆ, ਕਹਿੰਦੇ ਜਿੱਦਣ ਦੀ ਇਹ ਘੜੀ ਡੀਜੇ ਸਿਸਟਮ ਲੈ ਕੇ ਆਈ ਆ ਸਾਡੇ ਬੱਚੇ ਭੁੱਖੇ ਮਰ ਗਏ ਆ, ਹੁਣ ਤੇ ਕਮਾਈ ਉਹਨੂੰ ਆ ਜਿਹੜੀ ਡਾਂਸਰ ਡੀਜੇ ਤੇ ਨੱਚਦੀ ਆ, ਸਾਡਾ ਤੇ ਤਵਾ ਹੀ ਪੁੱਠਾ ਰਹਿੰਦਾ, ਕਿਤੇ ਕਿਤੇ ਰੋਟੀ ਪੱਕਦੀ ਆ, ਕਿਤੇ ਕਿਤੇ ਰੋਟੀ ਪੱਕਦੀ ਆ। ਓਏ ਆਹ ਘੜੀ ਜਿਹੜੀ ਸਾਹਮਣੇ ਟੰਗੀ ਹੈ, ਤੂੰ ਮੈਨੂੰ ਦੱਸ ਸਕਦਾ ਕਿ ਇਹ ਘੜੀ ਤੇਰੇ ਕੋਲ ਕਿੰਨੇ ਮੰਗੀ ਹੈ? ਇਸ ਘੜੀ ਨੂੰ ਜ਼ਿਆਦਾਤਰ ਮੇਰੇ ਕੋਲ ਕਰਿਆਨੇ ਵਾਲੇ ਟੋਲਦੇ ਆ, ਇਸ ਘੜੀ 'ਚ ਤਰ੍ਹਾਂ ਤਰ੍ਹਾਂ ਦੇ ਅਲਾਰਮ ਬੋਲਦੇ ਆ, ਗਾਹਕ ਵਿਚਾਰਾ ਘੜੀ ਵੱਲ ਦੇਖਦਾ ਰਹਿੰਦਾ, ਦੁਕਾਨਦਾਰ ਸੌਦਾ ਘੱਟ ਤੋਲਦੇ ਆ। ਬਸ ਹੁਣ ਨਾ ਤੂੰ ਮੈਨੂੰ ਰੋਕੀ, ਓਏ ਇਹ ਘੜੀ ਤਾਂ ਮੈਂ ਲੈ ਕੇ ਜਾਊਂਗਾ ਜਿਹੜੀ ਸ਼ੋਕਸ ਦੇ ਵਿੱਚ ਜਿਹੜੀ ਹੈ। ਓ ਨਾ ਓਏ ਨਾ ਭਰਾਵਾ, ਇਹ ਬੜੀ ਮਨੂਸ ਘੜੀ ਆ, ਜਿੱਦਾਂ ਦੀ ਜੰਮੂ ਕਸ਼ਮੀਰ 'ਚ ਜਾ ਕੇ ਬੜੀ ਆ, ਸੁੱਖ ਸ਼ਾਂਤੀ ਪੌੜੀ ਲਾ ਕੇ ਸਮਾਨ ਤੇ ਚੜੀ ਆ, ਇਸ ਘੜੀ ਨੇ ਜਿਸ ਮਾਂ ਦੇ ਪੁੱਤ ਖਾ ਲਏ ਉਹ ਮਾਂ 'ਚ ਰੋਂਦੀ ਬੜੀ ਆ। ਉਹ ਨਾ ਖਰੀਦੀ ਭਰਾਵਾ, ਇਹ ਬੜੀ ਮਨੂਸ ਘੜੀ ਆ, ਇਹ ਬੜੀ ਮਨੂਸ ਘੜੀ ਆ। ਸ਼ਾਹ ਜੀ ਦੀ ਮਾੜੀ ਤਕਦੀਰ, ਹਾਏ ਅੱਤਵਾਦੀ ਲੈ ਗਏ ਕਸ਼ਮੀਰ। ਯਾਰ ਫੇਰ ਕੀ ਹੋਇਆ, ਫੇਰ ਮੇਰੀ ਜਾਨ ਦੀ ਖਾਤਰ ਫੌਜੀ ਆਪਣੀ ਜਾਨ ਤੇ ਖੇਲੇ ਨੇ, ਦੁਨੀਆ ਸਾਰੀ ਕੰਮ ਤੇ ਲੱਗੀ, ਘੋਟੂ ਸ਼ਾਹ ਜੀ ਵਿਹਲੇ ਨੇ, ਘੋਟੂ ਸ਼ਾਹ ਜੀ ਵਿਹਲੇ ਨੇ।